जुड़ें। सलवार ही कपड़ो पे ऊंची पड़ो वाले मोहम्मद जात है। اعوذ باللہ من الشیطان الرجیم بسم اللہ الرحمن الرحیم الحمد للہ رب الصلات والسلام على من كان نبيا وآدم بين الماء وتيو جي سلوى بسم الله كريا بسم الله ديو ديو سبتا والا سیدہ تل جلیلہ تل مخدومہ تل مقدسہ تہرہ تل متہرہ صدیقہ تل کبری و سیدۃ النساء العالمین اجنائے نٹیاں کول فوجا بے صدقے نوکراں لکھ پاکاں اجنائے نجنائے نٹیاں کول فوجا کارے بلدی دھوڑی اڑا کیے تیرے قاتلانے بہوج شان منائے میڈا اکبر سا اللہوی تیرے قاتلانے بہوج شان منائے اکبر سانگ تچاہا واہ بھائی واہ اے دیر لگ دیئے گریب بدگا میں تلو بسم اللہ تڑ کاتلانے آئے بہنج شن منائے آئے میڈا اکبر سانگ واہ بھائی واہ رہیا ٹردی جل دیا خیمیاں ویچ بھی روڑا تیڑایا بید پتر گوائے او میڈی اپنی نسلتا موک گئیے آیا تیڑے پتر واب محمل جڑا نیزے دنوک تے آئیو سوکا جڑی محمل چاہیو کھی آئی محمل چھ بائے کیا دیئے ماری رات رو کیا دا جیئے ماں بی بی آدیئے جڑے ویلے دی چادر لتھی موہے دی لٹی گئی آو بیل میں دا پتا نہیں لگ دا آدیئے میں دا بیمار بچڑا میں نو ڈالتا سی جی جی میں پہنو کر یہ بیمار بچڑا ڈالتا سہی کتھو پہ گزرنی رو رو کیا دا کھلا یموہ بھرا دی مولی جگیر دا بلنائی
ਐ ਸਜਾਨ ਬੰਨਾ ਨੂੰ ਜਗੀਰ ਦੇ ਮੈਨੂੰ ਕਿਨ ਲਈ ਵੇਂਦਨ ਸ਼ਾਮ ਜਦਾ ਸ਼ਾਮ ਦਾ ਨਾ ਆਇਆ ਉਸਲ ਰੋਕਿਆ ਜੇ ਜੋ ਮੈਨੂੰ ਸ਼ਾਮ ਲੈ ਵੇਂਦੇ ਮੈਂ ਭਰਾਵਾਂ ਦੀਆਂ ਲਾਸ਼ਾਂ ਤੇ ਲਈ ਵਜਣਾ ਰਾਤ ਰੋਕਿਆ ਦਾ ਖੜਾ ਅੰਮਾ ਤੂੰ ਲਾਸ਼ਾਂ ਤੇ ਵਾਨ ਮੜੀ ਕਣ ਬਾਹਰ ਨਹੀਂ ਚੈਨੀ ਬੀਬੀ ਆ ਰਹੀ ਹੈ ਤੜੀ ਕਣ ਦਾ ਅਹਿਸਾਸ ਮੈਂ ਨ ਗਈਆਂ ਕਿਆਮਤ ਤੱਕ ਆਈ ਭੈਣ ਫਿਰ ਦੀ ਲਾਸ਼ ਨ ਵੈਸੀ ਵਾਹ ਭਾਈ ਵਾਹ ਬੀਬੀ ਆ ਰਹੀ ਹੈ ਸਜਾਦ ਪੁੱਛਦੇ ਦੁਵੇ ਪਿਓ ਤੇ ਪੁੱਤਰ ਟੁਰ ਪੈਣ ਪਿਓ ਦੇ ਕਾਤਲ ਦੇ ਕੋਲ ਆ ਕੇ ਆ ਜਾਣ ਇਜਾਜ਼ਤ ਦੇ ਮੇਰੇ ਪਰਦਾਦਾਰ ਲਾਸ਼ਾਂ ਤੇ ਵੈਂਦੇ ਨੇ ਇੱਕ ਮਹੀਨਾ ਬੈ ਪਾਸੇ ਮੂੰਹ ਕਰਕੇ ਆ ਜਾ ਸਜਾਦ ਸਾਡੇ ਕੋਲ ਵਕਤ ਕੋਈ ਨਹੀਂ ਆ ਜਿਵੇਂ ਮਾਮਾ ਲੱਜ ਬੈਠੀ ਆਈ ਰੋ ਕੇ ਆ ਜੀ ਮਾਰੀ ਇੰਨਾ ਕੋਲ ਟਾਈਮ ਕੋਈ ਨਹੀਂ ਤੇ ਮੈਂ ਸ਼ਾਮ ਨਹੀਂ ਵੈਨੀ ਜਿਹੜੇ ਵੇਲੇ ਜਲਾਲ ਡਿੱਠਾ ਦਾਦਾ ਇੱਕ ਵੈਣੇ ਬੀਬੀ ਆ ਜੀ ਆਈ ਹੋਈ ਡੇਰੇ ਬੀਬੀ ਆ ਜੀ ਕੁਝ ਲਗਵਨ ਵੇਦੀਆ ਦੇਖਾ ਸੁੱਤਾ ਕਿਵੇਂ ਪਏ ਤੁਲਾ ਪਈ ਅਲੀ ਦੀਦੀ ਬੀਬੀ ਰੋ ਕੇ ਆ ਜੀ ਸਜਾਦ ਮੱਲਾ ਤਾਈਆ ਤੁਝੀ ਮਾਂ ਮੈਂ ਦੱਸਾ ਤਾਂ ਸਹੀ ਲਾਸ਼ਾਂ ਤੇ ਟੁਰ ਵਜਾ ਆਮਾ ਟੁਰ ਵਜਾ ਇਜਾਜ਼ਤ ਮਿਲਣ ਦੀ ਦੇਰ ਆ ਯਾਰ ਪਰਦਾ ਦਾਰ ਉਦਾ ਹੀ ਟੁਰੀਏ ਜਿਹਦੇ ਕਹਿੰਦਾ ਪੁੱਤਰਾ ਕਹਿੰਦਾ ਵੀਰਾ ਕਹਿੰਦਾ ਬਤਰੀਆ ਨੂੰ ਬੇੜੀਆਂ ਦੀ ਬਰਾਦੀ ਉਂਗਲ ਮੂੰਹ ਪਾ ਕੇ ਗੁਲੇ ਦੀਆਂ ਵਧੀਆਂ ਵੀਰਾ ਨਹੀਂ ਮਿਲਿਆ ਪੰਜਵੀਂ ਮਿੰਟ ਗੁਜ਼ਰ ਗਏ ਸ਼ਬੀਰ ਨਹੀਂ ਮਿਲਿਆ ਛੋਟੀ ਭੈਣ ਕੁਆਰੀਏ ਵੱਲ ਵੰਜਿਆ ਕਮੀਨੇ ਲੋਗ ਸਜਾ ਦੀ ਕਣ ਤੇ ਜ਼ੁਲਮ ਕਰੇ ਸਨ ਬਿਆ ਸੋ ਕੇ ਅਲੀ ਦੀ ਧੀ ਵੱਲਦੀ ਪਈ ਆਈ ਜਿੱਕੀ ਜਾਈ ਜਾ ਤੂੰ ਆਵਾਜ਼ ਆਈਏ ਭੈਣ ਵੱਲੀ ਤਾਂ ਨੇੜੇ ਵਹਿਨੀ ਏ ਅਕਲ ਮਾਰ ਕੇ ਆ ਰਹੀ ਹੈ ਕਿੱਥੋਂ ਅੱਲਾ ਆਈ ਮੈਂ ਤਾਂ ਤੜੀ ਕਹਿਣ ਬੇੜਾ ਬੀਬੀ ਆ ਰਹੀ ਅਕਬਰ ਦੀ ਨਗਰੀ ਚ ਜ਼ੇਵਰ ਪਾਏ ਵੇਖ ਵਬਿਰਾ ਸੋਹਣੇ ਲੱਗਦੇ ਰਿਹਾ ਕੋਈ ਨਾ ਬੀਬੀ ਆ ਰਹੀ ਅਕਬਰ ਦੀ ਸ਼ਾਦੀ ਦੇ ਜ਼ੇਵਰ ਮਾਤਮ ਕਰਤ ਆਖਰੀ ਵੈਣ ਆ ਕੇ ਡਿੱਠਾ ਜਿੱਕੀ ਜਾਈ ਜਾਏ ਬੰਨੇ ਹੋਏ ਤੀਰਨ ਟੁੱਟੇ ਹੋ ਨੇਲਨ ਤੇਰ ਪੱਥਰ ਆਨ ਹੱਥ ਪਾਬੰਦਾਨ ਪੱਥਰ ਕਿਵੇਂ ਹਟਾਇਆ ਲਾਜ ਦੇ ਕੋਲੋਂ ਆ ਕੇ ਆ ਰਹੀ ਹੈ ਪੱਥਰਾਂ ਤੀਰਾਂ ਭਾਵੇਂ ਜਮ ਉਜੜ ਗਈਆਂ ਮੈਂ ਅਲੀ ਦੀ ਧੀਆ ਬੀਬੀ ਆ ਰਹੀ ਹੱਟ ਵੰਜਾ ਮੇਰੇ ਕੋਲ ਵਕਤ ਨਹੀਂ ਮੈਂ ਵੀਰਾ ਕੋ ਮਿਲਣਾ ਜ਼ਰੂਰ ਹੈ ਪੱਥਰ ਤੇ ਤੀਰ ਹੱਟਣ ਕੱਪਿਆ ਗੱਲ ਵੀਰਾ ਦਾ ਜ਼ਹਿਰ ਹੋਇਆ ਹੈ ਨਾਲ ਖੜੀ ਨਹੀਂ ਬੈਠੀ ਨਹੀਂ ਅਲੀ ਦੀ ਧੀ ਜਾਣ ਪਈ ਹੈ ਕੱਪੇ ਗੱਲ ਤੇ ਬੋਸਾ ਨੇ ਕਿਹਾ ਨੀ ਕਹਿ ਦੇਣ ਵੇੜ ਮਿਲਣ ਆਈ ਕਰਾ ਲੱਖ ਪਾਖਾ ਬਿਰਾਜ ਲਾਜ ਤੇ ਬੋਸਾ ਦੇ ਕਿਹਾ ਨੀ ਸ਼ਬੀਰ ਕਹਿ ਦੇਣ ਵੇੜ ਮਿਲਣ ਆਈ ਹੁਸੈਨ ਨਹੀਂ ਬੋਲਾ ਅੱਛਾ ਕਿਹਾ ਨੀ ਬਿਰਾ ਦੱਸਾ ਅੰਗਲ ਕਿਨ ਗਈ ਆਈ ਸ਼ਬੀਰ ਨਹੀਂ ਬੋਲਾ ਲਾਜ ਤੇ ਬੋ ਸਾਡੇ ਕਿਆ ਦੀ ਨਰਾਜ਼ ਕਹਿ ਮੈਂ ਜਲਦ ਰੈਲ ਮੈਂ ਤੇਰੇ ਯਤੀਮ ਗੁਲੇ ਨੀ ਰਈਆ ਆ ਰਹੀ ਹੈ ਤੇਰਾ ਸਜਾਦ ਗਵਾਏ ਕੋਈ ਕਿਥਾ ਉਜਾਇਬ ਕੋਈ ਕਿਥਾ ਉਜਾਇਬ ਅੱਜ ਕਲੀਏ ਤੇਰੀਆਂ ਭੇੜਾਂ ਮੇਰੇ ਨਾਲ ਆਏ ਸ਼ਬੀਰ ਨਹੀਂ ਬੋਲਾ ਮਿੰਬਰ ਦੀ ਕਸਮ ਹੈ ਵਤਲਾਜ ਤੇ ਬੋਸਾ ਦੇ ਕੇ ਆ ਰਹੀ ਹੈ ਹੁਸੈਨ ਉਹ ਹੁਸੈਨ ਤੂੰ ਹੈ ਜਿਹੜਾ ਨਾਨੇ ਦੀ ਮੁਹਰ ਦਾ ਸਵਾਰ ਆਵੇ ਸ਼ਬੀਰ ਦੀ ਲਾਜ ਕਰਵਟ ਬਦਲੀ ਆਵਾਜ਼ ਆਇਆ ਉਹ ਜ਼ੈਨਬ ਤੂੰ ਹੈ ਦੱਸਾ ਜਿਹੜਾ ਸਵਾ ਪਾਰ ਤੇ ਸੂਰਜ ਆਇਆ ਰੋਕਿਆ ਦਾ ਦੱਸਾ ਤੇਰੀ ਚਾਦਰ ਕਿਨ ਗਈ ਹੈ ਬੀਬੀ ਆ ਰਹੀ ਅਕਬਰ ਦਾ ਕਾਤਲ ਲਈਏ ਹਾਏ ਹਾਏ